ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਖੇਤੀ ਨਾਲ ਸੰਬੰਧਿਤ ਇੱਕ ਬਹੁਤ ਵੱਡਾ ਫੈਸਲਾ ਜਿਹੜਾ ਸਰਕਾਰ ਨੇ ਕੀਤਾ ਹੈ ਉਹਦਾ ਐਲਾਨ ਕਰਨ ਲੱਗੇ ਹਾਂ ਕਿ ਜਿਹੜੇ ਕਿਸਾਨ ਮੂੰਗੀ ਬੀਜਣਾ ਚਾਹੁੰਦੇ ਨੇ, ਮੂੰਗ ਦੀ ਦਾਲ ਜਿਹੜੀ ਹੈ ਉਹ, ਕਿਉਂਕਿ 55 ਦਿਨਾਂ ਦੇ ਵਿੱਚ ਉਹ ਮੂੰਗੀ ਜਿਹੜੀ ਹੈ ਉਹ ਪੱਕ ਜਾਂਦੀ ਹੈ, ਤਾਂ ਸਾਡੇ ਕੋਲ ਟਾਈਮ ਹੈਗਾ। ਜੇ ਉਹ 10 ਮਈ ਤੱਕ, 15 ਮਈ ਤੱਕ, 20 ਮਈ ਤੱਕ ਵੀ ਆਪਣੇ ਖੇਤ ਦੇ ਵਿੱਚ ਮੂੰਗੀ ਦੀ ਫਸਲ ਬੀਜਣਗੇ ਤਾਂ 55 ਦਿਨਾਂ 'ਚ ਤਿਆਰ ਹੋ ਜੂਗੀ, ਉਹ 10 ਜੁਲਾਈ 15 ਜੁਲਾਈ ਤੱਕ ਚਲੀ ਜਾਊਗੀ। ਤਾਂ ਉਸ ਤੋਂ ਬਾਅਦ ਝੋਨੇ ਦੀ 126 ਜਿਹੜੀ ਕਿਸਮ ਹੈ ਉਹਦੀ ਬਿਜਾਈ ਜਾਂ ਬਾਸਮਤੀ ਬੀਜੀ ਜਾ ਸਕਦੀ ਹੈ। ਅਸੀਂ ਮੂੰਗੀ ਦੀ ਫਸਲ 'ਤੇ MSP ਦਾ ਐਲਾਨ ਕਰਦੇ ਹਾਂ। ਜਿੰਨੀ ਵੀ ਮੂੰਗੀ ਦੀ ਪੈਦਾਵਾਰ ਤੁਹਾਡੀ ਫਸਲ 'ਚ ਹੋਊਗੀ ਤੁਹਾਡੇ ਖੇਤ 'ਚ, ਉਹਨੂੰ MSP 'ਤੇ ਗੌਰਮੈਂਟ ਪ੍ਰਕਿਓਰ ਕਰੂਗੀ। ਇਸ ਕਰਕੇ ਮੈਂ ਤੁਹਾਨੂੰ ਕਹਿਣਾ ਕਿ ਜੇ ਤੁਸੀਂ ਮੂੰਗੀ ਬੀਜਣਾ ਚਾਹੁੰਦੇ ਹੋ ਤਾਂ ਮੂੰਗੀ ਦੀ ਫਸਲ ਜ਼ਰੂਰ ਬੀਜੋ। ਅਤੇ ਉਸ ਤੋਂ ਬਾਅਦ ਇੱਕ ਸ਼ਰਤ ਹੈ ਕਿ ਤੁਸੀਂ ਝੋਨੇ ਦੀ 126 ਜਾਂ ਬਾਸਮਤੀ ਜਿਹੜੀ ਹੈ ਉਹ ਫਸਲ ਨੂੰ ਆਪਣੇ ਖੇਤਾਂ ਦੇ ਵਿੱਚ ਉਗਾਓਗੇ। ਇਹ ਪਹਿਲੀ ਵਾਰ ਹੋ ਰਿਹਾ ਕਿ ਝੋਨੇ ਅਤੇ ਕਣਕ ਤੋਂ ਬਿਨਾਂ ਪੰਜਾਬ ਦੇ ਵਿੱਚ ਮੂੰਗੀ ਦੀ ਫਸਲ 'ਤੇ MSP ਗੌਰਮੈਂਟ ਜਿਹੜੀ ਹੈ ਉਹ ਸ਼ੋਰ ਕਰਦੀ ਹੈ। ਸੋ ਮੂੰਗੀ ਦੀ ਫਸਲ ਜਿਹੜੀ ਹੈ ਉਹ ਤੁਸੀਂ ਬੀਜੋ, 55 ਦਿਨਾਂ 'ਚ ਪੱਕ ਕੇ ਤਿਆਰ ਹੋ ਜਾਊਗੀ। ਉਸ ਤੋਂ ਬਾਅਦ ਤੁਸੀਂ ਝੋਨੇ ਦੀ 126 ਜਾਂ ਬਾਸਮਤੀ ਦੀ ਕਿਸਮ ਜਿਹੜੀ ਹੈ ਉਹ ਆਪਣੇ ਬਿਜਾਈ ਕਰ ਸਕਦੇ ਹੋ। ਸੋ ਇਹ ਇੱਕ ਸਮਝ ਲਓ ਐਕਸਟਰਾ ਇੱਕ ਵੱਧ ਫਸਲ ਮਿਲ ਗਈ 55 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਕਣਕ ਅਤੇ ਝੋਨੇ ਦੇ ਵਿਚਾਲੇ ਇੱਕ ਵੱਧ ਫਸਲ ਮਿਲੂਗੀ। ਜਿੰਨੀ ਵੀ ਉਹਦੀ MSP ਤੈਅ ਹੈ ਉਹਦੇ 'ਤੇ ਅਸੀਂ ਮੂੰਗੀ ਨੂੰ ਅਸੀਂ ਚੁੱਕਾਂਗੇ, ਮੂੰਗੀ ਨੂੰ ਅਸੀਂ ਪ੍ਰਕਿਓਰ ਕਰਾਂਗੇ। ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ। ਤਾਜ਼ਾ ਅਪਡੇਟਸ ਔਰ ਬੜੀ ਖਬਰੋਂ ਕੇ ਲਈ ਸਬਸਕ੍ਰਾਈਬ ਕਰੇਂ ਅੱਜ ਪ੍ਰਕਾਸ਼ TV ਔਰ ਬੈਲ ਆਈਕਨ।